ਹਾਂਜੀ ਵੀ ਦਰਸ਼ਕੋ ਰਾਤ ਨਾ ਇੱਥੇ ਬਹੁਤ ਮੀਂਹ ਪਿਆ ਟਿੱਕਰੀ ਬਾਰਡਰ ਦੇ ਉੱਤੇ ਕਹਿ ਲਓ ਕਿ ਇੱਕ ਤਾਂ ਜਮਾਂ ਹੀ ਉਥਲ ਪੁਥਲ ਮੱਚ ਗਈ ਸਾਨਾ ਦੇ ਪੱਖ ਤੋਂ ਤਾਂ ਗੱਲ ਉਹ ਸੀ ਕਿ ਮੀਂਹ ਭਾਰੀ ਪੈ ਗਿਆ ਤੇ ਪ੍ਰਬੰਧ ਹੋ ਸਕਦਾ ਉਹਨੇ ਤਕੜੇ ਨਹੀਂ ਬਣ ਪਏ ਕਿਉਂਕਿ ਹੌਲੀ ਹੌਲੀ ਬੰਦਾ ਰਹਿਣਾ ਸਿੱਖਦਾ ਤੇ ਕਿਸੇ ਸਮੇਂ ਇੱਥੇ ਰੋਟੀਆਂ ਪੱਕਦੀਆਂ ਸੀ ਹੁਣ ਉਹ ਜਮਾਂ ਜਿਵੇਂ ਕਹਿ ਲਓ ਕਿ ਜਿਹੜਾ ਹੁੰਦਾ ਨਾ ਡਿਵਾਈਡਰ ਵਿਚਕਾਰ ਉਹਦੇ ਤੇ ਰੋਟੀਆਂ ਪੱਕਣ ਲੱਗ ਗਈਆਂ ਇਸ ਕਿਸਮ ਦਾ ਮਾਹੌਲ ਹੋ ਗਿਆ ਤਾਂ ਆਪਾਂ ਇੱਥੋਂ ਲੋਕਲ ਜਿਹੜੇ ਰਹਿੰਦੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਖੈਰ ਅਸੀਂ ਵੀ ਰਾਤ ਹਟਾਇਆ ਇੱਥੇ ਤੰਬੂ ਦੇ ਵਿੱਚ ਮੀਂਹ ਪਿਆ ਭਾਰੀ ਤੇ ਫਿਰ ਵੀ ਦੇਖਦੇ ਵੀ ਕਿਵੇਂ ਪ੍ਰਬੰਧ ਸੀ ਉਹਨਾਂ ਦੇ ਵੀ ਕੀ ਚੀਜ਼ ਦੀ ਲੋੜ ਆ ਕੱਲ ਇੱਥੇ ਪਾਣੀ ਦੀ ਕਮੀ ਸੀ ਤੇ ਪਾਣੀ ਦੀ ਵੀਡੀਓ ਪਾਈ ਪਾਣੀ ਪਹੁੰਚ ਗਿਆ ਆਪਾਂ ਕਿਸਾਨਾਂ ਨਾਲ ਗੱਲ ਕਰਦੇ ਵੀਰੇ ਕੀ ਹਾਲ ਆ ਵਧੀਆ ਵੀ ਵਧੀਆ ਤੇ ਕਿਵੇਂ ਸੀ ਮਾਹੌਲ ਫਿਰ ਪਾਣੀ ਦਾ ਤੰਗੀ ਆਈ ਫਿਰ ਪਾਣੀ ਮੰਨੀ ਉਹ ਵੀ ਬਹੁਤ ਤੰਗ ਸੀਗੇ ਸੀ ਤੇ ਚਲੋ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਂਚ ਤੋਂ ਦੱਸਿਆ ਤੇ ਕੱਲ ਪਾਣੀ ਪਹੁੰਚ ਗਿਆ ਅੱਛਾ ਤਾਂ ਪਾਣੀ ਦੀ ਵਧੀਆ ਤੇ ਹੁਣ ਰਾਤ ਮੀਂਹ ਪਿਆ ਬਾਈ ਹਾਂਜੀ ਇਹਦਾ ਕੀ ਪਰੇਸ਼ਾਨੀ ਹੋਈ ਫਿਰ ਵਾਲੀ ਪਾਣੀ ਦੇ ਬਾਈ ਹੋਇਆ ਯਾਰ ਪਾਣੀ ਆ ਗਿਆ ਮੀਂਹ ਨਾਲ ਅੱਛਾ ਤੇ ਪਾਣੀ ਯਾਰ ਕਾਲੀਆਂ ਦੇ ਵਿੱਚ ਪਿਆ ਪਾਣੀ ਦਾ ਤੇ ਕਈ ਸੁਣੇ ਵੀ ਗੱਦੇ ਆਪਣਾ ਗੱਦੇ ਗੁੱਦੇ ਵੀ ਭੱਜ ਗਏ ਹਨਾ ਤਰੇਣ ਦਾ ਪ੍ਰਬੰਧ ਤਾਂ ਫਿਰ ਬਾਈ ਕੋਈ ਚੀਜ਼ ਦੀ ਲੋੜ ਹੋਵੇ ਕਿਸ ਕਿਸਮ ਦਾ ਸਨੇਹਾ ਦੇਗੇ ਜੇ ਕੋਈ ਬਾਈ ਚਾਂਸ ਪਿੰਡਾਂ ਚੋਂ ਦਾਨ ਕਰਨਾ ਚਾਹੁੰਦਾ ਹੋਵੇ ਭੇਜਣੀ ਚਾਹੁੰਦਾ ਹੋਵੇ ਕਿਸ ਕਿਸਮ ਟੈਂਟ ਜਾਂ ਤਰਪਾਲਾਂ ਤੋਂ ਫੁੱਲਾਂ ਦੀ ਹਾਂ ਵਾਟਰਪ੍ਰੂਫ ਤਰਪਾਲਾਂ ਦਾ ਹੋ ਜਾਏ ਇੰਤਜ਼ਾਮ ਤੇ ਜਿਵੇਂ ਹੁਣ ਆ ਟਾਲੀ ਆ ਤਰਪਾਲਾਂ ਹੈਗੀਆਂ ਹਾਂ ਹੁਣ ਮੀਂਹ ਦਾ ਕੋਈ ਪਤਾ ਨਹੀਂ ਹੁੰਦਾ ਕਈ ਵਾਰੀ ਜ਼ਿਆਦਾ ਜੇ ਰਾਤ ਕਾਫੀ ਰਾਤ पत्थर चक के जेडे आप हटाए देखे पत्थर चक चक के चुरा बनाईया ਫਿਰ ਕਿਤੇ ਜਾ ਕੇ ਉਹ ਕੰਮ ਹੋਏ ਉਹ ਵੀ ਹੁਣ ਮੀਂਹ ਰਾਤ ਪਿਆ ਤਾਂ ਹੋ ਸਕਦਾ ਇਹਦੇ ਨਾਲ ਹੋਰ ਵੀ ਤਕੜੇ ਪ੍ਰਬੰਧ ਹੋ ਜਾਣ ਕਿਉਂਕਿ ਜੀਟੀ ਰੋਡ ਆ ਇਹ 6 ਲਾਈਨ ਆ ਤੇ ਪਾਣੀ ਦੀ ਕ੍ਰੋਸਿੰਗ ਦੇ ਲਈ ਬਹੁਤੀ ਜਗ੍ਹਾ ਥਾਂ ਤੋਂ ਨਹੀਂ ਸੀ ਹੋ ਸਕਦਾ ਸਪਲਾਈ ਨਾਲ ਭੰਨ ਤੋੜ ਕਰਕੇ ਪਾਣੀ ਦੀ ਨਿਕਾਸੀ ਬਣਾਈ ਜਾਵੇ ਹੈ ਨਾ ਨਵੀਂ ਤਕਨੀਕ ਬੰਦਾ ਆਪੇ ਹੀ ਸਿੱਖਦਾ ਭਾਈ ਜੀ ਕਿਹੜਾ ਪਿੰਡ ਸੀ ਤੁਹਾਡਾ ਧਨੇਰ ਪਿੰਡ ਧਨੇਰ ਧਨੇਰ ਮੇਰਾ ਪਿੰਡ ਹੈਗਾ ਗਵਿੰਦਗੜ ਦਾ ਗਵਿੰਦਗੜ ਕਿੱਥੇ ਪੈਂਦਾ ਹੈ ਇਹ ਰੈਕੋਰਟ ਦੇ ਕੋਲੇ ਵੀਰੇ ਜ਼ਿਲ੍ਹਾ ਲੁਧਿਆਣਾ ਠੀਕ ਆ ਤੇ ਆਜੋ ਆਪਾਂ ਹੋਰ ਵੀ ਇੱਥੋਂ ਲੋਕਾਂ ਨਾਲ ਲੋਕਲ ਗੱਲ ਕਰਦੇ ਵੀ ਕਿਵੇਂ ਆ ਮਾਹੌਲ मसाले असल च तैयारी पक्की आई सरकार कई सोचनी होगी सरकार सोचती होगी भी मीह पै गया खनी हुण चले जाणगे मैं फिर दस दिना भावें झखड़ झुल जाण ਇਹ ਨਹੀਂ ਜਾਣ ਵਾਲੇ ਬੰਦੇ ਇਹ ਪਾਣੀ ਦਾ ਬਹੁਤ ਖੜ ਗਿਆ ਹੁਣ ਆ ਸਾਰੀ ਜਗ੍ਹਾ ਤੇ ਪਾਣੀ ਖੜ ਗਿਆ ਚਾਹੇ ਮੀਂਹ ਵੀ ਆ ਘਰੇ ਮੋਹ ਜਦ ਪਾਣੀ ਕਿੰਨਾ ਮਰਦੀ ਆ ਜੇ ਅਸੀਂ ਪਿੰਡ ਨਹੀਂ ਜਾਵਾਂਗੇ ਕਿੰਨਾ ਜਦ ਜੰਗ ਨਹੀਂ ਜਾਂਦੇ ਸਾਰੇ ਹਾਂ ਠੀਕ ਆ ਆਈ ਲਵ ਖੇਤੀ ਹਾਂ ਹਾਂਜੀ ਉਹਨਾਂ ਦੇ ਪਿੰਡ ਬਾਹਰ ਤੈਨੂੰ ਹੋਰ ਦਿਖਾ ਕੇ ਜਾਣਾ ਬਾਲ ਖੜ ਜਾਂਦੀਆਂ ਮਸ਼ੀਨਾਂ ਤੱਕ ਉਹ ਖੜ ਜਾ ਯਾਰ ਹਜੇ ਜਮਾ ਪਿੰਡ ਨਹੀਂ ਜਾਣਾ ਅਸੀਂ ਕੋਈ ਗੱਲਬਾਤ ਨਹੀਂ ਘਰੋਂ ਅਸੀਂ ਕਹਿ ਕੇ ਆਏ ਆ ਵੀ ਸਾਡੇ ਆਇਆ ਤੋਂ ਸਾਡੇ ਆਟੇ ਚ ਪਾਣੀ ਪਵੇ ਉਹਨਾਂ ਦੇ ਸਾਨੂੰ ਘਰੇ ਯਾਦ ਨਾ ਕਰਿਓ ਬਿਲਕੁਲ ਸਹੀ ਗੱਲ ਹੈ ਕਾਲੇ ਕਾਨੂੰਨ ਰੱਦ ਕਰਾਇਆ ਅਸੀਂ ਵਾਪਸ ਪਿੰਡ ਜਾਣੇ ਨਹੀਂ ਚਾਹੇ ਕੁਛ ਹੋ ਜੇ ਮੋਦੀ ਨੂੰ ਦੱਸਾਂਗੇ ਮੋਦੀ ਨੇ ਉਹਨਾਂ ਤੇ ਜਿਹੜੇ ਹੋਰ ਸੂਬਿਆਂ ਦੇ ਨਾਇਕ ਨੂੰ ਉਹਨਾਂ ਅਰਗੇ ਨਹੀਂ ਹੈਗੇ ਹਾਂ ਇਹ ਯਾਦ ਕੌਮ ਹੈ ਯਾਦ ਕੌਮ ਸਿੱਖਾਂ ਨੇ ਗਲਤ ਮੰਗਾ ਲੈ ਲਿਆ ਬਿਲਕੁਲ ਇਹਨਾਂ ਮੀਆਂ ਦਾ ਇਹਨਾਂ ਤੇ ਕੋਈ ਪ੍ਰਭਾਵ ਨਹੀਂ ਪੈਣਾ ਇਹ ਉਹ ਲੋਕ ਨੇ ਜਿਨ੍ਹਾਂ ਨੇ ਝਖੜਾਂ ਦੇ ਵਿੱਚ ਹੜਾਂ ਦੇ ਵਿੱਚ ਸਰਸਾ ਪਾਰ ਕੀਤੀ ਸੀ ਇਹ ਉਹਨਾਂ ਸਕੌਮ ਦੇ ਵਾਰਸ ਲੋਕ ਨੇ ਆਦਾ ਪਾਣੀ ਵੀ ਕੋਈ ਨਹੀਂ ਇਹਦਾ ਪਾਣੀ ਕੁਛ ਨਹੀਂ ਤੇ ਉਹ ਜੇ ਫਿਰ ਵੀ ਪ੍ਰਬੰਧ ਆਪਾਂ ਨੂੰ ਕਰੜੇ ਸਮੇਂ ਦੇ ਨਾਲ ਬੰਦਾ ਕਰਦਾ ਜਾਂਦਾ ਪੱਤੇ ਖਾ ਖਾ ਗੁਜ਼ਾਰਾ ਕਰ ਲਿਆ ਸੀ ਜੀ ਭੂਮਾ ਬਿਲਕੁਲ ਵੀ ਜਿਹੜਾ ਇਹ ਫਿਰ ਵੀ ਕਮਾਨ ਵੀ ਕਰਪਨ ਹੈਗਾ ਸਾਰਾ ਕੁਝ ਬਾਈ ਜੀ ਇਹਨਾਂ ਤੋਂ ਪੱਤੇ ਕਿਲਾ ਜੀ ਪੱਤੇ ਦਰਖਤ ਦੀਆਂ ਛਿੱਲਾਂ ਖਾ ਖਾ ਗੁਜ਼ਾਰਾ ਕੀਤਾ ਸੀ ਅੱਜ ਚੌਰ ਵਾਲੇ ਪਾਸੇ ਲੈ ਕੇ ਚੱਲਾਂ ਤੁਹਾਨੂੰ ਜਿਸ ਨੂੰ ਕਿਵੇਂ ਪਾਉਂਦੇ ਕੀ ਹੋਈ ਹੈ ਇੱਥੇ ਰੋਟੀਆਂ ਪੱਕੀ ਜਾਂਦੀਆਂ ਸਾਡੇ ਕਿਸਾਨ ਵੀ ਹੋ ਬਾਈ ਜੀ ਕੀ ਹਾਲ ਆ ਇਹ ਰੋਟੀਆਂ ਪੂਰੀਆਂ ਗੋਲ ਪੱਕਦੀਆਂ ਫੇਰ ਆ ਸੋਚ ਲਿਓ ਕਿਤੇ ਪੂਰਾ ਕੰਮ ਵਧੀਆ ਕੜ
ਕੱਟ ਕਰ ਦੇ ਐ ਰੋਡ ਬਾਹਰ ਤੇ ਚੱਲਦੇ ਫਿਰ ਆ ਜਾਓ।